शुरू तो लग के हुण तक ਉਹ ਐਕਚੁਅਲੀ ਅਸੀਂ ਨਾਨ ਸੀਰੀਅਸ ਸਾਂ ਨਾਨ ਐਜੂਕੇਸ਼ਨ ਸਾਂ ਐਜੂਕੇਟਰ ਸਾਂ ਜਿਸ ਵਜ੍ਹਾ ਤੋਂ ਉਹ ਫਿਰ ਇਮਰਾਨ ਖਾਨ ਸਾਹਿਬ ਜਿਸ ਟਾਈਮ ਇੱਕ ਪਾਰਟੀ ਲਾਂਚ ਕੀਤੀ 1997 'ਚ 96 'ਚ ਅਤੇ ਚੂੰਕਿ ਖਾਨ ਸਾਹਿਬ ਦੀ ਸੋਚ ਹੀ ਬਿਲਕੁਲ ਇਹਨਾਂ ਤੋਂ ਪਾਜ਼ੀਟਿਵ ਸੀ ਐਕਚੁਅਲੀ ਮੀਆਂ ਸਾਹਿਬ ਅਤੇ ਉਹਨਾਂ ਦੇ ਜਿਤਨੇ ਵੀ ਅਲਾਇੰਸ ਨੇ ਉਹ ਫੈਸਿਲੀਟੇਟਰ ਨੇ ਉਸ ਮਾਫੀਆ ਦੇ ਜਿਹੜੇ ਕਾਬਜ਼ ਹੈ 74-75 ਸਾਲ ਤੋਂ ਇਮਰਾਨ ਖਾਨ ਦੀ ਸੋਚ ਨੇ ਉਹਦੇ ਵਿਜ਼ਨ ਨੇ ਚੈਲੰਜ ਕਰ ਦਿੱਤਾ ਸਟੇਟਸ ਨੂੰ ਫਸਟ ਟਾਈਮ ਹਿਸਟਰੀ 'ਚ ਹੋਇਆ ਕਿ ਸ਼ੌਕਤ ਖਾਨਮ ਦਾ ਮੁੰਡਾ ਜੋ ਹੀ ਪ੍ਰਾਈਮ ਮਿਨਿਸਟਰ ਬਣਿਆ ਉਹਦੀ ਵਜ੍ਹਾ ਤੋਂ ਇੱਕ ਮੀਡੀਆ ਦਾ ਖਾਸ ਤਬਕਾ ਉਹਦੇ 'ਚ ਤੁਹਾਡੇ ਸਾਡੇ ਬੜੇ ਸਾਰੇ ਦੋਸਤ ਨੇ ਉਹ ਵੀ ਮੁਖਾਲਫਤ ਕਰਨ ਲੱਗ ਪਿਆ ਉਸ ਤੋਂ ਬਾਅਦ ਇੱਕ ਟਾਪ ਲੈਵਲ ਦੀ ਜਿਹੜੀ ਬਿਊਰੋਕਰੇਸੀ ਗੱਲ ਹੈਗੀ ਉਹ ਜੇਲ੍ਹ 'ਚ ਮੇਰੀ ਗੱਲ ਸੁਣੋ ਜੇਲ੍ਹ 'ਚ ਨੇ ਜੇਲ੍ਹ 'ਚ ਬੈਠਾ ਬੰਦਾ ਆਵਾਮ ਨੂੰ ਕਿਸ ਤਰ੍ਹਾਂ ਰਿਲੀਫ ਦਿਲਾ ਸਕਦਾ ਉਹ ਤੇ 31 ਸਾਲ 14 ਸਾਲ 10 ਸਾਲ ਸਾਰ ਹਮੇਸ਼ਾ ਦੁਨੀਆ ਦਲੇਰ ਲੋਕਾਂ ਦੀ ਕਦਰ ਕਰਦੀ ਹੈ ਇੱਜ਼ਤ ਦਲੇਰ ਲੋਕਾਂ ਦੀ ਹੁੰਦੀ ਹੈ ਬੋਜ਼ਦਲਾ ਦੀ ਦੁਨੀਆ ਇੱਜ਼ਤ ਨਹੀਂ ਕਰਦੀ ਸਰ ਬੋਜ਼ਦਲਾ ਦਾ ਸਾਥ ਨਹੀਂ ਦੁਨੀਆ ਦਿੰਦੀ ਹਮੇਸ਼ਾ ਦੁਨੀਆ ਜਿਹੜੀ ਸਾਥ ਦਿੰਦੀ ਹੈ ਦਲੇਰਾਂ ਦਾ ਸਾਥ ਦਿੰਦੀ ਹੈ ਸੱਚਿਆਂ ਦਾ ਸਾਥ ਦਿੰਦੀ ਹੈ ਇਮਾਨਦਾਰਾਂ ਦਾ ਸਾਥ ਦਿੰਦੀ ਹੈ ਜਿਹੜਾ ਟ੍ਰਾਂਸਪਰੈਂਟ ਹੋਏ ਇਮਰਾਨ ਖਾਨ ਦੀ ਬਦਿਆਂ ਦੀ ਤਾਂ ਇੱਕ ਮੈਨੂੰ ਤੁਸੀਂ ਘੜੀ ਭਰੀ ਉਹਨਾਂ ਨੇ ਘੜੀ ਨਹੀਂ ਚੋਰੀ ਕੀਤੀ ਅਸਤਗਫਰੁੱਲਾ ਇਹ 50,000 ਇੱਕ ਕਰੋੜ ਕੱਢਿਆ ਇਮਰਾਨ ਖਾਨ ਦੀ ਜਾਨ ਤੋਂ ਕੁਰਬਾਨ ਕਰ ਦਈਏ ਤੂੰ ਹੁਕਮ ਤੇ ਕਰੋ ਨਾ ਜ਼ਰਾ ਕੁ ਤੁਸੀਂ ਇਮਰਾਨ ਖਾਨ ਵਾਸਤੇ ਪਾਕਿਸਤਾਨ ਦਾ ਛੋਟੇ ਤੋਂ ਛੋਟਾ ਬੱਚਾ ਵੱਡੇ ਤੋਂ ਵੱਡਾ ਜਵਾਨ ਵਡੇਰੇ ਤੋਂ ਵਡੇਰਾ ਮੇਰੇ ਵਰਗਾ ਸਫੈਦ ਵਾਲਾ ਵਾਲਾ ਵੀ ਅੱਲਾ ਦੇ ਹੁਕਮ ਨਾਲ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਹੈ ਘਰ ਬੈਠੀਆਂ ਮਾਵਾਂ ਵੀ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਨੇ ਵਡੇਰੀਆਂ ਮਾਵਾਂ ਉਹਦੇ ਵਾਸਤੇ ਕਾਬੇ ਦਾ ਗੁਲਾਬ ਫੜ ਕੇ ਦੁਆਵਾਂ ਕਰਦੀਆਂ ਨੇ ਪਈਆਂ ਤੂੰ ਉਹਦਾ ਮੁਕਾਬਲਾ ਤੁਸੀਂ ਇਹ ਕੈਸੇ ਬਦਿਆਂ ਨੇ ਤੇ ਨਾਲ ਤੁਸੀਂ ਰਲਾ ਰਹੇ ਹੋ ਜਿਹੜਾ ਕਾਬੇ 'ਚ ਬਹਿ ਕੇ ਵੀ ਲੋਕਾਂ ਨਾਲ ਝੂਠ ਬੋਲਦਾ ਕਾਬੇ 'ਚ ਬਹਿ ਕੇ ਤੁਸੀਂ ਅਹਿਮਦ ਰਜ਼ਾ ਸਾਹਿਬ ਦੀ ਗੱਲ ਤਾਂ ਸੁਣੋ ਨਾ ਫਜ਼ਲ ਕਰੀਮ ਸਾਹਿਬ ਦੇ ਬੇਟੇ ਨੇ ਕਿ ਕਾਬੇ 'ਚ ਬਹਿ ਕੇ ਵੀ ਉਹਨੇ ਸਾਡੇ ਨਾਲ ਕਿਹਾ ਸੀ ਕਿ ਮੈਂ ਡੀਲ ਨਹੀਂ ਕੀਤੀ ਬਟ ਫਿਰ ਪ੍ਰੂਫ ਹੋਇਆ ਕਿ ਉਹ ਡੀਲ ਕਰਕੇ ਗਿਆ ਜਿਹੜਾ ਬੰਦਾ ਕਾਬੇ 'ਚ ਬਹਿ ਕੇ ਕਾਬਤੁੱਲਾ 'ਚ ਬਹਿ ਕੇ ਝੂਠ ਬੋਲੇਗਾ ਉਹਦੇ ਕੋਲੋਂ ਤੁਸੀਂ ਕੀ ਤਵੱਕਾ ਕਰ ਸਕਦੇ ਹੋ ਕਿ ਉਹ ਇਸ ਕੌਮ ਨਾਲ ਸੱਚ ਬੋਲੇਗਾ ਇਮਰਾਨ ਖਾਨ ਦੇ ਬਾਰੇ ਤੁਸੀਂ ਕੀ ਰਾਏ ਕਾਇਮ ਕਰ ਉਹਦੇ ਬਾਰੇ ਮੈਂ ਨਹੀਂ ਰਾਏ ਕਾਇਮ ਕਰਦਾ ਪੂਰੀ ਦੁਨੀਆ ਰਾਏ ਕਾਇਮ ਕਰਦੀ ਮਲੇਸ਼ੀਆ ਤੋਂ ਚੱਲ ਕੇ ਚਿੱਲੀ ਤੱਕ ਟੁਰ ਜਾਓ ਜਿੱਥੇ ਜਿੱਥੇ ਮੁਸਲਮਾਨ ਰਹਿੰਦੇ ਨੇ ਕਿਆ ਉਹਨਾਂ ਦਾ ਲੀਡਰ ਨਹੀਂ ਹੋ ਉਹ ਹਰ ਉਸ ਬਜ਼ੁਰਗ ਦਾ ਲੀਡਰ ਹੈ ਹਰ ਉਸ ਮਾਂ ਦਾ ਲੀਡਰ ਹੈ ਜਿਹਨੇ ਕਲਮਾ ਲਾ ਇਲਾ ਇਲਾ ਅੱਲਾਹ ਮੁਹੰਮਦ ਜਿਹੜੇ ਮੌਲਵੀ ਫਜ਼ਲੁਰ ਰਹਿਮਾਨ ਸਾਹਿਬ ਨੇ ਉਹ ਵੀ ਤਾਂ ਮਤੇ ਮੁਸਲਮਾਨ ਦੇ ਲੀਡਰ ਨੇ ਦਿਲ ਕੇ ਫੁੱਲੇ ਖਿਲ ਉਠੇ ਹੈ ਸੀਨੇ ਕੇ ਦਾਗ ਸੇ ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ ਜੀ ਇਹ ਕੀ ਗੱਲਾਂ ਕਰ ਰਹੇ ਨੇ ਇਹ ਗੱਲਾਂ ਬਿਲਕੁਲ ਸਹੀ ਕਰ ਰਹੇ ਨੇ ਬਿਲਕੁਲ ਸਹੀ ਕਰ ਰਹੇ ਨੇ ਗੱਲਾਂ ਜੋਸ਼ ਤੇ ਨਹੀਂ ਆ ਗਏ ਨਹੀਂ ਨਹੀਂ ਜੋਸ਼ ਨਹੀਂ ਆਏ ਬਿਲਕੁਲ ਜੋ ਵੀ ਇਹਨਾਂ ਨੇ ਗੱਲ ਕੀਤੀ ਹੈ ਹਕੀਕਤ ਨਾਲ ਕੀਤੀ ਹੈ ਔਰ ਸਹੀ ਕੀਤੀ ਹੈ ਯੂਨੀਅਨ ਕੌਂਸਲ ਦੇ ਵਿੱਚ ਕਿਸੇ ਯੂਨੀਅਨ ਕੌਂਸਲ ਦੇ ਵਿਖਾ ਦਿਓ ਇਹ ਇੱਕ ਵੀ ਇਲੈਕਸ਼ਨ ਜਿੱਤੇ ਹੁਣ ਅਸੀਂ ਇਲੈਕਸ਼ਨ ਛੱਡ ਦੇਵਾਂਗੇ ਵਾਲੇਕਮ ਜੀ ਮੈਂ ਜੀ ਮਜ਼ੰਬਲ ਵੜਾਇਆ ਚਾ ਉਸ ਦਿਨ ਜਿਸ ਵੇਲੇ ਸਾਨੂੰ ਪਤਾ ਲੱਗਾ ਸਾਡਾ ਵੀ ਇਲੈਕਸ਼ਨ ਦੀ ਗੱਡੀ ਜਾ ਰਹੀ ਹੈ ਵੋਟਾਂ ਲਈ ਮੈਨੂੰ ਗੇਟ ਦੇ ਅੱਗੇ ਖਿਲਾਰਿਆ ਗਿਆ ਮੈਂ ਬੜੀ ਕੋਸ਼ਿਸ਼ ਕੀਤੀ ਹੈ ਗੱਡੀ ਨੂੰ ਢੱਕਣ ਦੀ ਲੇਕਿਨ ਜਿਸ ਵੇਲੇ ਵੇਖਿਆ ਕੀ ਹੈ ਕਿ ਪੁਲਿਸ ਵਾਲਿਆਂ ਨਾਲ ਹੱਥੋਂ ਪਈ ਹੋਇਆ ਕੰਮ ਖਰਾਬ ਹੋਵੇਗਾ ਉਹ ਸਾਨੂੰ ਮਾਰਨ ਕੁੱਟਣ ਡਹਿ ਪਏ ਨੇ ਮੇਰੇ ਕੋਲ ਸਵਾਹ ਜਾਣ ਦੇਣ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਸੀ ਮੈਂ ਇਹ ਨਹੀਂ ਵੇਖਿਆ ਬਚਾਂਗਾ ਜਾਂ ਮਰਾਂਗਾ ਮੈਂ ਗੱਡੀ ਦੇ ਥੱਲੇ ਲੰਮਾ ਪੈ ਗਿਆ ਮੇਰੇ ਉੱਤੇ ਟਾਇਰ ਦੇ ਵੀ ਜਿਹੜਾ ਗੱਡੀ ਦਾ ਇੱਕ ਟਰ ਗਿਆ ਪੈਰ ਦੇ ਉੱਤੇ ਲੇਕਿਨ ਉਹਨਾਂ ਇਹ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰੀਕੇ ਗੱਡੀ ਲੈ ਜਾਈਏ ਵੋਟਾਂ ਲਈ ਚਲੋ ਪੁਲਿਸ ਵਾਲਿਆਂ ਸਾਨੂੰ ਧਿਆਨੇ ਲਾਇਆ ਧਿਆਨੇ ਲਾਉਣ ਦਾ ਇਹ ਮਕਸਦ ਨਹੀਂ ਕਿ ਸਾਡੀ ਹਾਰ ਜੇਤ ਨੂੰ ਕਿਸੇ ਲਾਮੇ ਨਾ ਲਾਉਣ ਅਸਾਂ ਬੜੀ ਮੁਸੀਬਤ ਦੇ ਨਾਲ ਬੜਿਆਂ ਔਖਿਆਂ ਹੋ ਕੇ ਵੋਟ ਪਾਏ ਨੇ ਮੈਂ ਪਿੰਡ ਦੋਵਾਂ ਪੱਖੜਿਆਂ ਲਈ ਵਿਹਦੇ 'ਚ 16 ਜਰਸੇ ਹਾਜੀ ਮਾਨੁੱਲਾ ਦੇ ਇਹ ਮਹਿਮੂਦ ਵੀ ਵਿਰਕ ਦੇ ਹੋਏ ਨੇ ਜਿਹਦੇ ਵਿੱਚ ਮੈਂ ਕੀ ਵਹਿੰਦਾ ਕੋਈ ਵੋਟ ਮੰਗਣ ਵਾਲਾ ਜੀ ਨਹੀਂ ਸੀ ਵਾਹੇ ਤੇ ਮੈਂ ਬੰਦਾ ਹਾਂ ਮੈਂ ਮਾੜਾ ਵਾਂ ਜਾਂ ਗਰੀਬ ਹਾਂ ਜਾਂ ਤਗੜਾ ਵਾਂ ਇਹਦੇ ਨਾਲ ਮੈਨੂੰ ਕੋਈ ਨਹੀਂ ਮਾਲਕ ਦੀ ਦੇਣ ਮੇਰੇ ਕੋਲ ਪੱਠੇ ਨੇ ਦੱਥੇ ਮੈਂ ਮਾੜਿਆਂ ਲੋਕਾਂ ਦੇ ਹੱਥਾਂ 'ਚ ਜੋੜੇ ਨੇ ਕਿ ਖੁਦਾ ਵਾਸਤੇ ਇਮਰਾਨ ਖਾਨ ਨੂੰ ਵੋਟ ਦਿਓ ਮੈਂ ਇੱਕ ਨਪੜ ਜੈਲ ਬੰਦਾ ਹੋ ਕੇ ਕਿ ਇਮਰਾਨ ਖਾਨ ਨੂੰ ਵੋਟ ਦਿਓ ਸਾਡੇ ਲਈ ਅੱਛਾ ਬੰਦਾ ਜਿਹੜਾ ਉਹਦੇ ਬਾਹਰ ਜਾ ਕੇ ਉਹ ਜਿਹੜਾ ਲਈ ਫਿਰਦੇ ਹੋ ਤੁਸੀਂ ਜਾਂਦੇ ਹੋ ਅਮਰੀਕਾ ਉਹਦੇ ਅੱਗੇ ਇੰਝ ਲੱਤ ਕਰਕੇ ਤੱਕੀ ਹੈ ਇਹਨਾਂ
महमूद बशीर विरक जरा साडा रिश्तेदार भी है दूरों नेड़े। अच्छा हां जी साडा रिश्तेदार भी है। मैं इनू चैलेंज करना वा दुवा पखड़े आ के इलेक्शन दोबारा कर ले। जे अगर वोट डबल ना कढ़ा तो मैं पिंड छड़ देंगा अपनी धौन भी ला देंगा। जे नहीं तो इतने सिर दर्द की बाजी लाने जरा भलवान है वो मेरे सामने लिया गोली चेंबर पाने जिन्हू रब दे जा वो है नहीं जा मैं है नहीं जेड़ा रह गया रह गया जेड़ा जित गया सो जित गया। नहीं तानू मियां साहब दी काबिलियत ते हुण इक हुकूमत आ गई ते देखो तुसी पिंड दे बंदे हो ते पिंड साडी कमर दी हड्डी हैगी है यानी भाजी जेड़ा इलेक्शन सी मैं अंदर जेंट खलोता। अच्छा। कोई धांधली नहीं होई। अच्छा सानू पुर सुकून वोट पए ने जो साडी सोच सी सोच तो वध अच्छा काम होया। की होया जेल असर सारे काम कीते ने ही जीते गए असा सैन करान तो बगैर बाहर नहीं निकलन दिता। जेल हां सैन कराए ने कागज ते सारे मुकम्मल करके पिंडां दे विचों जदों सारे जित के लगे हुंने सर साडे इलाके च उहनूं कोई जानदा नहीं वेंदा नहीं किसे ने वेख्या जे तक नहीं एक दो रां जीआं नूं मिलिया है। मेरा रिश्तेदार भी है मैं आना पे दूरों नेड़े रिश्तेदार है। मैं चौधरी सुहाग दा पुत्तर आ पखड़े वाली हूं उहनूं आप ही पता लग गया वे कि किहदा पुत्तर ते किहड़ा खून है। तो तुसी अपने रिश्तेदार नूं वोट पांदे रिश्तेदार कहदा रिश्तेदार चोर है जेड़ा हो सके चोरां दा साथ दे ओ चोर हुंदा है। सक्का भरा भी हो सके गलत होवे तो गलत हुंदा है। हक दे आस्ते लड़ांगे जीवांगे भी ते मरांगे भी। अगर वो टाइम आया ते विरक नूं दस छड़ांगे कि किसे दा हक किवें खोईदा है। साडी पक्की असां बड़े औखे होके रोटी पकाई है ते खो के लै जे ये असी खान नहीं देंगे। जे असी भी मरांगे ते मरेगा वह भी नहीं जज्बाती ना हो सानू इस गल का कोई नहीं भाजी। लेकिन ये वे कि असी सारे भरा आंदे ने पे असा हजार बंदे का ऐलान किया है। महमूद बशीर विरक थोड़ी मीडिया के अगे कला ही कुरान से हथ रख के आखे मैं जित गया असी उन्होंने मुबारकबाद घर देन लगे जाएंगे ना जाइए ते आख्या जे हलका नहीं एक गंद सी इस हल्के च। लेकिन यह जरा गंद साढ़े हल्के च आ गया सानू यह बर्दाश्त नहीं क्योंकि गलत काम गलत साथ मैं 40 साल मुतिया शब्द ना कड़े ने बेलोस कड़े ने ते जिद्दे नु हां जी ते जिद्दे नु ने गलती की थी सी ओनु आख्या बस सब इम्तियाज रल गए हां जी। मानुल्ला कोल मैं गया सा मेनू ए अंदर आ रसगुल्ले खा। अच्छा 2 घंटे भाई रखिया मैं कह रसगुल्ले एनजी आख्या सी जिधर मेरे डेर से गया सी मैं आख्या सी मैं क्या सब रसगुल्ले तो गुजरां दे नहीं लद्दे वाले खवाए सन जेड़ा रसगुल्ला दे मैं खवा देना मैं वोट नहीं देना। मैं डेरे दे रात दे 2 बजे आया मीए साहब रन कोई पता नहीं है कौन है। उन्हें आख्या पुत्रा तेरा कम है ते हक दे में तेरा कम हो जाएगा। मैं घर भी नहीं आसा गया ते बंदे छुट गए सन हक दी रूड़ियां च भी जेवर तुन्ने हुंदे ने। मैं आख्या जी जेवर ते रूड़ियां तुन्ने कोई नहीं किहड़े कोना आ कढ ले ने। इन्हें आख्या जा टुर जा मैं उत्थों आ गया। परसों उत्थे कट्ठ होया सी गेट दे गया उन मैं आख्या सी मैं जी साहब मैं ओ ही जे लेकिन साडे हक लई अपने लिए अही कट्ठ नहीं करांगे। साडा हक है बड़े औखे हो गए वोट पाए ने मावा भैन तंग ने। अगर रैली का ऐलान पूरा करिए ना तो मानना बाल बच्चा भी लैके जी अपड़न उत्थे। सब तो तरीक ही इलेक्शन ऐटका होया जिदे च औरत जात ने वोट सब तो ज्यादा पाया। क्यों पाया प्यार मुहब्बत खलाक की वजह तो पाया मरान खान की उन्होंने दिलचस्पी ना उन्हें पाया तो वह किवें पिछा रह सकदियां वो नहीं पिछा रह सकते सिर्फ ये वे धक्काशाही चल रही है।